ਸਰਕਾਰ ਮੁਰਦਾਬਾਦ ਮੁਰਦਾਬਾਦ ਗੁੰਡਿਆਂ ਦਾ ਪੱਖ ਪੂਰਨ ਵਾਲੀ ਸਰਕਾਰ ਮੁਰਦਾਬਾਦ 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 ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਕਾਰਨ ਜਿੱਥੇ ਆਮ ਵਰਗ ਪਰੇਸ਼ਾਨ ਹੈ, ਉੱਥੇ ਪੁਲਿਸ ਦੇ ਵੱਲੋਂ ਵਰਤੀ ਜਾਂਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਵੀ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਹੁਣ ਇਸ ਦਾ ਸ਼ਿਕਾਰ ਸਰਦੂਲਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਵੀ ਬਣ ਗਈ ਹੈ। ਦਰਅਸਲ ਭਾਰਤੀ ਕਿਸਾਨ ਯੂਨੀਅਨ ਦੇ ਖਜ਼ਾਨਚੀ ਤੋਂ ਲੁਟੇਰੇ 26,000 ਦੀ ਨਕਦੀ ਲੁੱਟ ਕੇ ਚੱਲਦੇ ਬਣੇ ਤੇ ਹੁਣ ਪੁਲਿਸ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਥਾਣਾ ਝੁਨੀਰ ਦੇ ਅੱਗੇ ਧਰਨਾ ਦਿੱਤਾ। ਸਰਕਾਰ ਮੁਰਦਾਬਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾ ਹਾਂ ਜਿੰਦਾਬਾਦ। ਅਸੀਂ ਧਰਨਾ ਲਾਇਆ ਜੀ ਥਾਣੇ ਮੂਹਰੇ 25 ਤਰੀਕ ਨੂੰ 3 ਵਾਰ ਨੂੰ। ਸਾਡਾ ਪਿੰਡ ਕਾਈ ਦਾ ਖਜ਼ਾਨਚੀ ਨਛੱਤਰ ਸਿੰਘ ਘੁੱਦੂ ਵਾਲਾ, ਜਿਹੜਾ ਅਸੀਂ ਪਿੰਡਾਂ ਦੇ ਵਿੱਚੋਂ ਫੰਡ ਇਕੱਠਾ ਕਰਦੇ ਹਾਂ ਕਿਸਾਨਾਂ ਮਜ਼ਦੂਰਾਂ ਤੋਂ 100-100, 50-50, ਉਹ ਜਥੇਬੰਦੀ ਦਾ ਅਸੂਲ ਹੈ ਵੀ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਾਓ। ਉਹ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਆ ਰਿਹਾ ਸੀ, ਜਦੋਂ ਤੁਰਦਾ ਸੀ ਘਰੋਂ ਉਦੋਂ ਕੁੜੀ ਦਾ ਫੋਨ ਆ ਗਿਆ ਮਾਖੇ ਵਾਲੇ ਤੋਂ ਵੀ ਬਾਪੂ ਜੀ ਮੇਰੇ ਕੋਲ ਆ ਕੇ ਜਾਈ, ਮੇਰੇ ਘਰ ਮਿਸਤਰੀ ਲੱਗਿਆ, ਇੱਕ ਦਿਹਾੜੀਆ ਛੱਡ ਕੇ ਜਾਈ ਵੀ ਆਪਦੇ ਪਿੰਡੋਂ ਮਾਖੇ ਵਾਲਾ ਨੇੜੇ ਹੈ ਜੀ ਘੁੱਦੂ ਵਾਲੇ ਤੋਂ। ਜਿਹੜੀ ਮਾਖੇ ਵਾਲੇ ਨੂੰ ਛੜਕ ਜਾਂਦੀ ਹੈ ਝਨੀਰੋਂ ਉਹ ਟੁੱਟੀ ਹੋਈ ਹੈ, ਇਸ ਕਰਕੇ ਨਛੱਤਰ ਸਿੰਘ ਨੇ ਪਿੰਡੋਂ ਹੀ ਭਾਖੜਾ ਦੀ ਪਲੜੀ ਮੋਟਰਸਾਈਕਲ ਪਾ ਲਿਆ, ਘਰੇ ਗਿਆ ਕੁੜੀ ਦੇ, ਉੱਥੇ ਚਾਹ ਪਾਣੀ ਪੀ ਕੇ ਦਿਹਾੜੀਆ ਛੱਡ ਕੇ ਵਾਪਸ ਆਇਆ। ਜਦੋਂ ਵਾਪਸ ਆਇਆ ਜਿਹੜਾ ਸਰਸੇ ਵਾਲਾ ਪੁਲ ਹੈ ਸੜਕ ਵਾਲਾ, ਮੂਹਰੇ ਟੇਢਾ ਲਾ ਕੇ, ਜਦੋਂ ਟੇਢਾ ਲਾਤਾ ਜਦੋਂ ਉਸਨੇ ਮੋਟਰਸਾਈਕਲ ਰੋਕਿਆ, ਉਹਦੀ ਪਿਛਲੇ ਬੰਦੇ ਨੇ ਛਾਲ ਮਾਰ ਕੇ ਉਹਦਾ ਗਲ ਫੜ ਲਿਆ, ਗਲ ਫੜ ਕੇ ਧਰਤੀ 'ਤੇ ਸਿੱਟ ਲਿਆ ਮੋਟਰਸਾਈਕਲ ਤੋਂ। ਦੂਜਾ ਕਹਿੰਦਾ ਵੀ ਇਸਦੇ ਗੋਲੀ ਮਾਰ ਪਿਸਤੌਲ। ਜਦੋਂ ਉਹਨੇ ਐਂ ਕਿਹਾ ਵੀ ਪਿਸਤੌਲ ਮਾਰ, ਤਾਂ ਉਹ ਕਹਿੰਦਾ ਵੀ ਜਿਹੜਾ ਕੁਛ ਮੇਰੇ ਕੋਲ ਹੈਗਾ ਮੈਨੂੰ ਜਾਨੋ ਨਾ ਮਾਰੋ, ਭਾਖੜਾ 'ਚ ਨਾ ਸਿੱਟੋ, ਮੈਥੋਂ ਊਂ ਲੈ ਲਓ। ਜਦੋਂ ਉਹਨੇ ਐਂ ਕਹਿਤਾ ਉਹਦੀ ਸਾਰੇ ਕੱਪੜੇ ਪਾੜਤੇ, ਉਸਦੇ ਕੱਪੜੇ ਪਾੜ ਕੇ ਉਹਦੇ ਗੀਜੇ ਦੇ ਵਿੱਚ ਜਿਹੜੇ ਪੈਸੇ ਸੀਗੇ ਉਹ ਲੈ ਕੇ ਖੋਹ ਕੇ, ਨਾਲੇ ਕਾਪੀ ਸੀ ਬੈਂਕ 'ਚ ਜਮ੍ਹਾਂ ਕਰਾਉਣ ਵਾਲੇ ਪੈਸਿਆਂ ਦੀ, ਨਾਲੇ ਆਧਾਰ ਕਾਰਡ, ਨਾਲੇ ਪਿੰਨ ਕਾਰਡ, ਸਾਰਾ ਕੁਛ ਖੋਹ ਕੇ ਲੈ ਗਏ। ਜੋ ਅੱਜ ਅਸੀਂ ਇਤਨੀ ਧਰਨਾ ਲਾਇਆ ਜੀ, ਮੈਂ ਕਿਸਾਨ ਜਥੇਬੰਦੀ ਗ੍ਰਾਹਾਂ ਦਾ, ਪਿੰਡ ਦਾ ਖਜ਼ਾਨਾ ਹੈ ਜੀ, ਮੇਰੇ ਕੋਲ ਕਿਸਾਨ ਜਥੇਬੰਦੀ ਦਾ ਫੰਡ ਸੀਗਾ ਇਕੱਠਾ ਕੀਤਾ ਹੋਇਆ ਜੀ। 25 ਤਰੀਕ ਨੂੰ ਖੋਖਰ ਮੀਟਿੰਗ ਸੀਗੀ ਜੀ, ਫੰਡ ਉਹ ਮੈਂ ਆਪਣੀ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਸੀਗਾ ਜੀ। ਮੈਂ ਕਿਹਾ ਵੀ ਨਾਲੇ ਫੰਡ ਜਮ੍ਹਾਂ ਕਰਾ ਜਾਂਗੇ, ਨਾਲੇ ਮੀਟਿੰਗ 'ਤੇ ਵਗ ਜਾਂਗੇ। ਮੈਂ ਫੰਡ ਚੱਕਿਆ ਅਤੇ ਕਾਪੀ ਚੱਕੀ ਗੀਜੇ 'ਚ ਪਾਈ, ਅਤੇ ਉੱਧਰੋਂ ਮੇਰੀ ਗੁੱਡੀ ਦਾ ਫੋਨ ਆ ਗਿਆ ਜੋ ਮਾਖੇ ਵਾਲੇ ਵਿਆਹੀ ਸੀ, ਉਹ ਕਹਿੰਦੀ ਪਾਪਾ ਇੱਕ ਦਿਹਾੜੀਆ ਛੱਡ ਕੇ ਜਾ, ਮਿਸਤਰੀ ਲੱਗਿਆ ਸੀ। ਮੈਂ ਬੰਦਾ ਪਿੱਛੇ ਬਹਾਇਆ ਮੋਟਰਸਾਈਕਲ 'ਤੇ, 9 ਵਜੇ ਪਿੰਡੋਂ ਚੱਲਿਆ, ਉੱਥੇ ਬੰਦਾ ਛੱਡ ਕੇ ਜਦੋਂ ਵਾਪਸ ਹੋਇਆ ਅਤੇ ਮਾਖੇ ਵਾਲੇ ਤੋਂ ਜਦੋਂ ਮੈਂ ਪਾਪੜੀ ਪਿਆ ਪਹਾੜਾ ਭਾਖੜਾ ਦੀ ਮਾਖੇ ਵਾਲੇ ਦੇ ਅਤੇ ਪੁਲ ਦੇ ਵਿਚਾਲੇ ਹੱਤੇ ਵਾਲੇ ਦੇ, ਉੱਥੇ ਮੂਹਰੋਂ 2 ਲੁਟੇਰੇ ਆਏ ਜਿਨ੍ਹਾਂ ਦਾ ਇੱਕ ਦਾ ਕਾਲੇ ਕੱਪੜੇ ਨਾਲ ਪੂਰਾ ਕਸਕੇ ਮੂੰਹ ਬੰਨਿਆ ਸੀ, ਇਕੱਲੀਆਂ ਅੱਖਾਂ ਨੰਗੀਆਂ ਸੀ, ਇੱਕ 'ਤੇ ਹੈਲਮੈਟ ਲਿੱਤਾ ਹੋਇਆ ਸੀ। ਉਹਨਾਂ ਨੇ ਉਤਰਨ ਸਾਰ ਮੇਰੇ ਗਲ ਦੇ ਵਿੱਚ ਹੱਥ ਪਾ ਕੇ ਮੈਥੋਂ ਉਹ ਪੈਸੇ ਖੋਲ੍ਹੇ। 25,000 ਰੁਪਇਆ ਤਾਂ ਯੂਨੀਅਨ ਦਾ ਸੀਗਾ, 6,800 ਰੁਪਇਆ ਮੇਰਾ ਆਪਦਾ ਸੀਗਾ, ਬਾਕੀ ਦਾ ਆਈਡੈਂਟੀ ਕਾਰਡ, ਵੋਟ ਕਾਰਡ ਵਗੈਰਾ, ਪਿੰਨ ਕਾਰਡ ਅਤੇ ਯੂਨੀਅਨ ਦੀ ਕਾਪੀ, ਹੋਰ ਫੋਟੋ ਵਗੈਰਾ ਸਾਰਾ ਕੁਛ ਲੈ ਗਏ। ਅਤੇ ਉਸ ਤੋਂ ਬਾਅਦ ਮੈਂ ਥਾਣੇ ਆ ਕੇ ਜੋ ਰਿਪੋਰਟ ਦਿੱਤੀ, ਉਦੋਂ ਬਾਅਦ ਜੋ ਪੁਲਿਸ ਨੇ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਜੋ ਅੱਜ ਅਸੀਂ ਧਰਨਾ ਲਾਇਆ ਗਾ, ਇਸ ਸੰਬੰਧ ਵਿੱਚ ਲਾਇਆ ਗਾ ਕਿ ਪੁਲਿਸ ਨੇ ਕੋਈ ਕਾਰਵਾਈ ਅਜੇ ਤੱਕ ਉਹਨਾਂ 'ਤੇ ਕੀਤੀ ਨਹੀਂ ਗੀ। ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ?
ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਉਹਨਾਂ 'ਤੇ ਪੂਰੀ ਪੁਲਿਸ ਕਾਰਵਾਈ ਕਰੇ, ਇਹਨਾਂ ਨੂੰ ਸਭ ਕਿਸੇ ਦਾ ਪਤਾ ਗਾ ਵੀ ਚੋਰ ਠੱਗ ਕਿੱਥੇ ਰਹਿੰਦੇ ਨੇ। ਜਦੋਂ ਇਹ ਸਭ ਕੁਛ ਭਾਲ ਲੈਂਦੇ ਨੇ ਤਾਂ ਇਹ ਚੋਰ ਠੱਗ ਤੁਰੇ ਫਿਰਦੇ, ਇਹਨਾਂ ਨੂੰ ਥਿਉਂਦੇ ਨਹੀਂ ਗੇ, ਇਹਨਾਂ ਨੂੰ ਭਾਲਣ ਅਤੇ ਦੁਨੀਆਂ ਦੇ ਪੈਸੇ ਵਾਪਸ ਕਰਾਉਣ, ਗਾਹਾਂ ਤੋਂ ਚੋਰੀਆਂ ਠੱਗੀਆਂ ਨਾ ਹੋਣ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਚਾਹੁੰਦੇ ਹਾਂ ਪੱਕੀ ਵੀ ਇਹ ਜੀ ਸਾਡੇ ਨਾ ਪਿੰਡ ਫੱਤਾ ਮਾਲੋਕਾ ਝਨੇਰ ਥਾਣੇ ਦਾ ਪਿੰਡ ਹੈਗਾ, ਉੱਥੇ ਭਾਖੜਾ ਨਹਿਰ ਦੇ ਕੋਲ 25 ਤਰੀਕ ਨੂੰ 25-5 ਨੂੰ ਇੱਕ ਕਿਸਾਨ ਯੂਨੀਅਨ ਦਾ ਵਰਕਰ ਹੈਗਾ ਨਛੱਤਰ ਸਿੰਘ ਪੁੱਤਰ ਸਾਧੂ ਸਿੰਘ, ਵਾਸੀ ਪਿੰਡ ਘੁੱਦੂ ਵਾਲਾ, ਕੋਈ 10-11 ਵਜੇ ਦਾ ਟਾਈਮ ਸੀ ਦਿਨ ਦਾ। ਉਹ ਇੱਥੋਂ ਇਸ ਤੋਂ ਕੁਛ ਥੋੜ੍ਹੇ ਜਿਹੇ ਪੈਸੇ ਜਿਹੜੇ ਹੈਗੇ ਆ ਉਹ ਖੋਲ੍ਹੇ ਦੋ ਬੰਦਿਆਂ ਨੇ, ਜਿਹਦੇ ਸੰਬੰਧੀ ਅਸੀਂ ਮੁਕੱਦਮਾ ਨੰਬਰ 66 ਜਿਹੜਾ ਹੈਗਾ 382 ਅਧੀਨ IPC ਅਧੀਨ ਅਸੀਂ ਜਿਹੜਾ ਮੁਕੱਦਮਾ ਦਰਜ ਥਾਣਾ ਝਨੇਰ ਕੀਤਾ ਗਿਆ। ਇਹਦੀ ਅਸੀਂ ਤਫਤੀਸ਼ ਕਰ ਰਹੇ ਹਾਂ, ਜਿਹੜੇ ਡਾਊਟਫੁੱਲ ਸ਼ੱਕੀ ਬੰਦੇ ਹੈਗੇ ਨੇ ਉਹਨਾਂ ਨੂੰ ਅਸੀਂ ਫੜ ਰਹੇ ਹਾਂ, ਔਰ ਜੋ ਜਿੱਥੇ ਇਹ ਸ਼ੱਕ ਕਰਦੇ ਸੀ ਉਹ ਬੰਦਿਆਂ ਨੂੰ ਅਸੀਂ ਬੁਲਾ ਕੇ ਇਹਨਾਂ ਦੀ ਅਸੀਂ ਤਸੱਲੀ ਵੀ ਕਰਾ ਚੁੱਕੇ ਹਾਂ। ਅਸੀਂ ਇਹਨੂੰ ਬਹੁਤ ਜਲਦੀ ਇਸ ਮੁਕੱਦਮੇ ਨੂੰ ਟਰੇਸ ਕਰ ਲਾਂਗੇ। ਮਦਈ ਨੇ ਜਿਹੜਾ ਹੈਗਾ ਆਪਣੇ ਮੁਕੱਦਮੇ ਨੂੰ ਟਰੇਸ ਕਰਨ ਲਈ ਜਿਹੜਾ ਹੈਗਾ ਇਹਨਾਂ ਨੇ ਪ੍ਰੋਟੈਸਟ ਜਿਹੜਾ ਕੀਤਾ ਹੈਗਾ, ਪਰ ਅਸੀਂ ਮਦਈ ਦੀ ਵੱਧ ਤੋਂ ਵੱਧ ਇਸ ਨਛੱਤਰ ਸਿੰਘ ਦੀ ਹੈਲਪ ਕਰ ਰਹੇ ਹਾਂ। ਕਿਸਾਨ ਯੂਨੀਅਨ ਨੂੰ ਉਹਨਾਂ ਦੀ ਰਕਮ ਮਿਲੇ ਜਾਂ ਨਾ ਮਿਲੇ, ਇੱਕ ਗੱਲ ਤਾਂ ਪੱਕੀ ਹੈ ਕਿ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਦੇ ਕਾਰਨ ਹਰ ਬੰਦਾ ਹੁਣ ਡਰਿਆ ਤੇ ਸਹਿਮਿਆ ਜਿਹਾ ਮਹਿਸੂਸ ਕਰਦਾ ਹੈ। ਕੀ ਪਤਾ ਕਦੋਂ ਕੋਈ ਵਾਰਦਾਤ ਵਾਪਰ ਜਾਵੇ। ਸਰਦੂਲਗੜ੍ਹ ਤੋਂ ਹਰਚਰਨਜੀਤ ਸਿੰਘ ਭੁੱਲਰ ਦੀ ਰਿਪੋਰਟ, ਪੈਰੇਦਾ TV। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।